يا رب محمد وعلى محمد صل على محمد وعلى محمد وعجل فرج آل محمد ولعن أعداءهم من الجن والإنس من الأولين والآخرين يا مدبر الأمور ويا بائس في القبور ويا مجري البحور ويا ملين الحديد لداود عليه الصلاة والسلام ربنا افعل بنا ما أنت أهله ولا تفعل بنا ما نحن أهله بحق محمد وآله الطيبين الطاهرين المعصومين يا من يكفي من كل شيء ولا يكفي منه شيء اكفني ما أحمني يا الله نزيلك ہے سمت حضر قابی وزیفك ہے سو كنت من البلاد يا صاحب العصر والزمان أدركني ولا تهلكني بحق أمك وجدتك فاطمة الزهراء جناب سیدہ طاہرہ دا نام نامی ہے سارے حضرات صلوات پڑھو یا رب الحسین بحق الحسین اشف صدر الحسین بظہور القائم الہی عظیم عمل و عبادت نو قبول فرما بانیان مجلس یا جنہ حضرات نے اج دے ذکر پاک وچ دامے درمے سخنے قدمے حصہ لیا تعاون فرمائے منظور و مقبول فرمائے مومنین مومنات دیا تکلیفاں مصیبتاں پریشانیاں دور فرمائے الہی اموات نو مغفرت فرمائے زائرین و مسافرین دے سفر نو بے خطر فرمائے علی ولی اللہ پڑھن والاں دی حفاظت فرمائے سادات اور مومنین دی عزت و ناموس دی حفاظت فرما الہی پر فتن دور ہے پر آشوب زمانہ ہے امام حق دا جلدی ظہور فرما جنہ حضرات نے مولوی صاحب دے نام نال اٹھیجنا ہے او آمین نہ آکھیں جنہاں مولا دے نام نال اٹھیجنا ہے وہ ضرور آمین آکھن الہی مالک تے وارث دا جلدی ظہور آمین ثم آمین الہی ساڈی سیرت ساڈی صورت ساڈا عمل ساڈا کردار بھی ایسا بنا کہ مولا دی زیارت تو مشرف ہو سکے ربنا تقبل دعا انك انت السميع العليم رب اشفق على محمد وآل محمد صلوات سارے حضرات عظیم عبادت دی قبولیت واسطے مل کے صلوات پڑھو اللہ کچھ عزیزان درود پاک شامل نہیں انہوں نال ملا کے صلوات پڑھو اعوذ باللہ من الشیطان اللعین الرجیم بسم اللہ الرحمن
ਅਸਲਾਤੋ ਵਸਲਾਮ ਅਲਾ ਰਸੂਲਿਲ ਕਰੀਮ ਅਬਿਲ ਕਾਸਿਮ ਮੁਹੰਮਦ ਵਅਲਾ ਆਲਿਹ ਤੈਯਿਬੀਨ ਅਤ-ਤਾਹਿਰੀਨ ਅੰਮਾ ਬਅਦੁ ਫਕਦ ਕਾਲਾ ਇਮਾਮੁਨਿ ਰਿਜ਼ਾ ਅਲੈਹਿ ਆਲਾ ਫੁਤਹਿਯਤ ਵਸਲਾਮ ਲਾ ਯੁਕਬਲੁ ਅਲ-ਅਮਾਲੁ ਇਲਾ ਬਿਵਿਲਾਇਤ ਜੱਦੀ ਅਲੀ ਇਬਨ ਅਬੀ ਤਾਲਿਬ ਸਲਾਵਾਤ ਸਾਦਾਤ ਮੁਮਿਨੀਨ ਇਮਾਮੇ ਸਾਮਿਨੇ ਜ਼ਾਮਿਨ ਦਾ ਫਰਮਾਨ ਇਮਾਮੇ ਹਸ਼ਤੁਮ ਦਾ ਫਰਮਾਨ ਸ਼ਾਹੇ ਖੁਰਾਸਾਨ ਸੁਲਤਾਨੁਲ ਅਰਬੇ ਵਲ ਅਜਮ ਜ਼ਾਮਿਨੇ ਆਹੂ ਕਾਇਨਾਤ ਦੇ ਬਾਦਸ਼ਾਹ ਇਮਾਮ ਦਾ ਫਰਮਾਨ ਮੌਲਵੀ ਦੀ ਗੱਲ ਨਹੀਂ ਮੌਲਾ ਦਾ ਫਰਮਾਨ ਜਿਹੜਾ ਯਾਰ ਨਾ ਆਖੇ ਮੈਂ ਉਹ ਵਹਾਬੀ ਸਮਝਣਾ ਤੁਹਾਡਾ ਅਤੇ ਮੇਰਾ ਅੱਠਵਾਂ ਇਮਾਮ ਇਰਸ਼ਾਦ ਫਰਮਾ ਰਿਹਾ ਮੈਂ ਚਿਹਰੇ ਪੜ੍ਹਨੇ ਨਹੀਂ ਇਸੇ ਫਰਮਾਨ ਨਾਲ ਤੁਹਾਡਾ ਅਤੇ ਮੇਰਾ ਅੱਠਵਾਂ ਇਮਾਮ ਇਰਸ਼ਾਦ ਫਰਮਾ ਰਿਹਾ ਦੁਨੀਆ ਵਾਲਿਓ ਲਾ ਯੁਕਬਲੁਲ ਅਮਾਲੋ ਮੌਲਾ ਫਰਮਾ ਰਹੇ ਨੇ ਕਿਸੇ ਬੰਦੇ ਦਾ ਅਮਲ ਉਹ ਇਬਾਦਤ ਅੱਲਾਹ ਦੇ ਦਰਬਾਰ ਵਿੱਚ ਉਸ ਵੇਲੇ ਤਾਈਂ ਕਬੂਲ ਨਹੀਂ ਹੁੰਦਾ ਜਦ ਤੱਕ ਉਸਦੇ ਅਮਲ ਉਹ ਇਬਾਦਤ ਵਿੱਚ ਮੇਰੇ ਦਾਦੇ ਅਲੀ ਦੀ ਵਿਲਾਇਤ ਨਾ ਹੋ। ਜੈ ਜੈ ਮੰਦਰ ਅਲੀ ਵਲੀ ਉੱਲਾ ਅਲੀਉਨ ਵਲੀਉੱਲਾਹ ਨਬੀਆਂ ਤੇ ਵਾਜਿਬ ਏ ਜਿਹਦੀ ਜ਼ਬਾਨ ਹੱਲੇ ਉਹ ਜ਼ਬਾਨ ਹਲਾਵੇ ਸਿਰ ਹਲਾਓ ਤਾਂ ਰਾਸ਼ਾ ਥੀ ਵੈਂਦਾ। ਅਲੀਉਨ ਵਲੀਉੱਲਾਹ ਦਾ ਇਕਰਾਰ ਨਬੀ ਨ ਕਰਨ ਨਬੂਅਤ ਨਹੀਂ ਮਿਲਦੀ। ਹੁਣ ਤਾਂ ਸਮਝ ਆਈ ਨੇ ਰਸੂਲ ਨ ਕਰਨ ਪੜ੍ਹੋ ਰਿਸਾਲਤ ਨਹੀਂ ਮਿਲਦੀ, ਔਲੀਆ ਨ ਕਰਨ ਵਿਲਾਇਤ ਨਹੀਂ ਮਿਲਦੀ, ਔਸ਼ੀਆ ਨ ਕਰਨ ਵਿਸ਼ਾਇਤ ਨਹੀਂ ਮਿਲਦੀ, ਨੂਰੀ ਨ ਕਰਨ ਨੂਰਾਨੀਅਤ ਨਹੀਂ ਮਿਲਦੀ, ਅਲੀਉਨ ਵਲੀਉੱਲਾਹ ਕੁਦੂਸੀ ਨ ਪੜ੍ਹਨ ਕੁਦਸੀਅਤ ਨਹੀਂ ਮਿਲਦੀ, ਮਲਾਇਕਾ ਨ ਪੜ੍ਹਨ ਮਰਕੂਤੀਅਤ ਨਹੀਂ ਮਿਲਦੀ। ਮਿੰਬਰੇ ਪਾਕ ਦੀ ਕਸਮ ਹੈ ਸਾਦਾਤ ਮੋਮਿਨੀਨ ਅਲੀਉਨ ਵਲੀਉੱਲਾਹ ਅਲੀ ਦੇ ਯਾਰਾਂ ਬਚਣਾ ਤੇ ਵਾਜਿਬ ਏ, ਅਲੀ ਦੀ ਜ਼ੌਜਾ ਬਤੂਲ ਤੇ ਵਾਜਿਬ। ਬੋਲੋ ਇੱਕ ਜੁਮਲਾ ਵੀ ਆਖੋ। ਦੋ ਤਰੇ ਬੰਦੇ ਪਰੇਸ਼ਾਨ ਹਨ, ਮੌਲਾ ਨੂੰ ਦੀ ਪਰੇਸ਼ਾਨੀ ਦੂਰ ਫਰਮਾ। ਇਹ ਤਾਂ ਦੁਆ ਮੰਗ ਸੰਗੀ ਨੇ ਨਾ, ਦੁਆ ਪਰੇਸ਼ਾਨੀ ਮੌਲਾ ਜੀ ਜਾਗਦੇ ਬੈਠੇ ਹੋ
ਸੁਬਹਾਨ ਅੱਲਾ ਅਲੀ ਦੀ ਅੰਮਾ ਤੇ ਅਲੀ ਉਨ ਵਲੀ ਉੱਲਾ ਵਾਜੇ ਬੇ ਅਲੀ ਦੇ ਬਾਬੇ ਤੇ ਅਲੀ ਉਨ ਵਲੀ ਉੱਲਾ ਉਹ ਜਿਹੜੇ ਅਲੀ ਦਾ ਆਪਣਾ ਬਾਬਾ ਇਮਰਾਨ ਅਲੀ ਉਨ ਵਲੀ ਉੱਲਾ ਤੋਂ ਬਗੈਰ ਅੱਗਾ ਨਹੀਂ ਮਹਿੰਦੀ ਤੇਦਾ ਬਾਬਾ ਅਲੀ ਉਨ ਵਲੀ ਉੱਲਾ ਤੋਂ ਬਗੈਰ ਤੁਹਾਡੀ ਯਾਰ ਮੁਹੱਬਤ ਵੱਧ ਗਈ ਇਹ ਕਮਲਾ ਵੀ ਆਖਾਂ ਚਾ ਪ੍ਰੋਗਰਾਮ ਏਡਾ ਨਾਈ ਕਿ ਨਹੀਂ ਮੇਰੇ ਅਜ਼ੀਜ਼ ਪਿੱਛੋਂ ਬਦਦੁਆ ਨਾ ਕਰੇ ਦੇ ਬੈਠਾ ਹੋਵੇ ਕਹਿ ਕਹਿੰਦੇ ਉਲਟੀ ਤਸਵੀਰ ਚੱਲਦੀ ਹੈ ਨਾ ਕਹਿ ਲੇਕਿਨ ਮੇਰੇ ਅਜ਼ੀਜ਼ ਇਨਸਾਰ ਗੌਰ ਹੈ ਜਿਹੜੇ ਵੇਲੇ ਹਜ਼ਰਤ ਰਸੂਲ ਪਾਕ ਨੇ ਅਲੀ ਦੀ ਅੰਮਾ ਕੋ ਦਫਨਾਇਆ ਹੈ ਮੈਂ ਸਾਰੀ ਗੱਲ ਛੋੜ ਦਿੱਤੀ ਕਿਆ ਅਜ਼ਮਤ ਉਹ ਬੀਬੀ ਦੀ ਜੇ ਕੋ ਕਬਰ ਵਿੱਚ ਲਹਾਵਣ ਵਾਲਾ ਇੱਕ ਅਲੀ ਏ ਦੂਜਾ ਨਬੀ ਗੌਰ ਹੈ ਖਤਮ ਗੱਲਾਂ ਆਪਣੀਆਂ ਹੋਵਣ ਨਾ ਬੰਦਾ ਕਲੋਜ਼ ਵੀ ਕਰ ਸਕਦਾ ਵਧਾ ਹੀ ਸਕਦਾ ਅਤੇ ਜੇ ਗੱਲਾਂ ਬੰਦਾ ਪਕਾਈ ਵਧਾ ਹੋਵੇ ਤਾਂ ਨਾ ਉਹ ਮੁੱਕੇ ਅਤੇ ਨਾ ਉਹ ਮੁੱਕੇ ਤਾਵੀਜ਼ ਕਬਰ ਬੰਦ ਚੰਦ ਮਿੰਟਾਂ ਤੋਂ ਬਾਅਦ ਪਾਕ ਰਸੂਲ ਨੇ ਜਨਾਬ ਫਾਤਿਮਾ ਬਿੰਤੇ ਅਸਦ ਇਹ ਚਾਚੀ ਨੈਣ ਸਦੇ ਦੇ ਬੀਬੀ ਕੋ ਅੰਮਾ ਸਦੇ ਦਾ ਹਾਈ ਰਸੂਲ ਪਾਕ ਜੋ ਪਾਲਣ ਵਾਲੀ ਬੀਬੀ ਹੈ ਹਜ਼ਰਤ ਇਮਰਾਨ ਅਤੇ ਬੀਬੀ ਨੇ ਨਬੀ ਨੂੰ ਪਾਲਿਆ ਨਾ ਰਸੂਲ ਪਾਕ ਦਾ ਦਸਤ ਰਿਸਾਲਤ ਕਬਰ ਦੇ ਉੱਤੇ ਆਇਆ ਅਤੇ ਨਬੀਏ ਪਾਕ ਨੇ ਫਰਮਾਇਆ ਯਾ ਉਮਾ ਅੰਮਾ ਜਾਨ ਲਾ ਜਾਫਰ ਵਾਲਾ ਅਕੀਲ ਵਾਲਾ ਤਾਲਿਬ ਜੇ ਸ਼ਿਆ ਮਿਆਣੀ ਵਾਲਾ ਨੂੰ ਗੱਲਾਂ ਦੀ ਸਮਝ ਨਹੀਂ ਆਉਂਦੀ ਤਾਂ ਮੁਲਕ 'ਚ ਆਉਂਦੀ ਕਹਿ ਕੋਣ ਲੋਕਾਂ ਕਹਿ ਕਹਿੰਦੇ ਨਾਲ ਗਾਲ ਖੜੇ ਕਰਦੇ ਹੋ ਰਸੂਲ ਪਾਕ ਨੇ ਫਰਮਾਇਆ ਕਿ ਅੱਲਾਹ ਦਾ ਕਾਨੂੰਨ ਹੈ ਜਿਹੜਾ ਹੀ ਦੁਨੀਆਂ 'ਤੇ ਪੁਰੇ ਕਬਰ ਵਿੱਚ ਮਲਾਇਕਾ ਉਹਦੇ ਕੋਲ ਆ ਕੇ ਪੁੱਛਦੇ ਸੁਣਾ ਹੈ ਮਗਰ ਫਰਕ ਇਹ ਆਮ ਲੋਕਾਂ ਦੀਆਂ ਕਬਰਾਂ ਵਿੱਚ ਮੁਨਕਿਰ ਅਤੇ ਨਕੀਰ ਆਉਂਦੇ ਆ ਸਾਡੇ ਆਬਾਓ ਅਜਦਾਦ ਦੀਆਂ ਕਬਰਾਂ ਵਿੱਚ ਮੁਬਸ਼ਿਰ ਅਤੇ ਬਸ਼ੀਰ ਆਉਂਦੇ ਗੌਰ ਹੈ ਯਾਰ ਤੁਹਾਡੀ ਮੁਹੱਬਤ ਵਧੀ ਤੇ ਹੇ ਕਿ ਜੁਮਲਾ ਮੈਨੂੰ ਵੀ ਯਾਦ ਆ ਗਏ ਇੱਥਾਂ ਹੀ ਗੱਲ ਰੋਕ ਕੇ ਮੀਰ ਅਨੀਸ ਰਾਏ ਰਾਮਾ ਦਾ ਅਕੀਦਾ ਤੁਹਾਡੇ ਮੇਰੇ ਤੋਂ ਬੁਲੰਦ ਖੁਦਾਏ ਸੁਖਨ ਜਿਨ੍ਹਾਂ ਦਾ ਲਕਬ ਹੈ ਉਹਨਾਂ ਦਾ ਅਕੀਦਾ ਤੁਹਾਡੇ ਮੇਰੇ ਤੋਂ ਬਜ਼ੁਰਗ ਬੈਠੇ ਹੋ ਬੁਲੰਦ ਤੁਸੀਂ ਸੋ ਕਿਵੇਂ ਸੁਣਿਆ ਉਹ ਫਰਮਾਇਦੇ ਕਬਰ ਮੁਨਕਿਰ ਮੈਂ ਮੁਨਕਿਰ ਨਕੀਰ ਆਤੇ ਹੈ ਨਹੀਂ ਨਹੀਂ ਮੈਂ ਜਲਦੀ ਚਾਹ ਗਿਆ ਨੀਂਦਰ ਨਹੀਂ ਕਰਨੀ ਬਲੋਚ ਖਾਨ ਮੌਲਾ ਤੇਰੀ ਹਯਾਤੀ ਕਰੇ ਕਬਰੇ ਦੇਖਾ ਤੁਹਾਡਾ ਕਿਦਾ ਰਲਦਾ ਹੈ ਉਹ ਫਰਮਾਇਦੇ ਨੇ ਕਬਰੇ ਮੁਨਕਿਰ ਮੈਂ ਕਬਰੇ ਮੁਨਕਿਰ ਮੈਂ ਮੁਨਕਿਰ ਨਕੀਰ ਆਤੇ ਹੈ ਔਰ ਕਬਰੇ ਮੋਮਿਨ ਮੈਂ ਵਾਲੇ ਦੇ ਸ਼ਬੀਰ ਆਤੇ ਹੈ ਬੋਲੋ ਉਹ ਮੈਂ ਤੇ ਲੱਖ ਲੱਖ ਵਾਰੀ ਵੱਲ ਵੱਲ ਆਖਾਂ
ਇਸੇ ਮੈਂ ਤਾਂ ਬੜਾ ਪੁਰਾਣਾ ਅਜ਼ੀਜ਼ ਹੈ, ਮਕਸੂਦਪੁਰ ਦਾ ਬਲੋਚ ਹੈ, ਅਤੇ ਤੁਹਾਡੀ ਅੱਖ ਨੋਟੀਆਂ ਦੀ ਪਈ ਹੈ। ਮੈਂ ਕਿ ਅੱਖ ਖੁੱਲ੍ਹ ਗਈ, ਖੁੱਲ੍ਹ ਗਈ, ਅੱਖ ਖੁੱਲ੍ਹ ਗਈ ਆਪਣੇ ਮੁਨਕਿਰ ਮੈਂ। ਓਏ ਬੱਚੇ, ਕਬਰੇ ਮੁਨਕਿਰ ਮੈਂ, ਮੁਨਕਿਰ ਨਕੀਰ ਆਤੇ ਹੈਂ, ਔਰ ਕਬਰੇ ਮੋਮਿਨ ਮੈਂ ਵਾਲੇ ਦੇ ਸ਼ਬੀਰ। ਜਿਹੜੇ ਮੌਲਵੀ ਤੇ ਉਹਨਾਂ ਦੇ ਮੰਨਣ ਵਾਲੇ ਆਦਮ ਜੋ ਮੌਲਾ ਅਲੀ ਕਬਰ 'ਚ ਨਹੀਂ ਆਉਂਦਾ, ਆਈ ਰਾਤ ਦਾ ਸਦਕਾ ਸ਼ਾਲਾ ਉਹਨਾਂ ਦੀ ਕਬਰ 'ਚ ਨਾ ਆ। ਗੁਨਾਹਗਾਰ ਫਕੀਰ ਲੋਕ ਆ, ਸ਼ਾਲਾ ਸਾਡੀ ਕਬਰ ਚ ਆਪ ਹੀ ਆਵੇ, ਪੋਤਰੀ ਨਾ ਲਾਵੇ। ਸਾਰੇ ਉੱਚੀ ਆਵਾਜ਼ ਨਾਲ ਖਤਮ। ਨਬੀ ਪਾਕ ਨੇ ਫਰਮਾਇਆ, ਬਹੁਕ ਮੈਂ ਖੁਦਾ ਮੁਬਸ਼ਰ ਅਤੇ ਬਸ਼ੀਰ ਆਏ, ਉਹਨਾਂ ਮੇਰੀ ਅੰਮਾ ਨੂੰ ਬੜੀ ਇੱਜ਼ਤ ਅਤੇ ਇਤਰਾਮ ਨਾਲ ਉਠਾਇਆ, ਅਤੇ ਉਹਨਾਂ ਆਖਿਆ ਬੀਬੀ ਸੈਣ ਮਨ ਰੁਬੋ ਕੇ ਬੀਬੀ ਦੱਸਾਂ ਅੱਲਾ ਜੱਲਾ ਜਲਾਲ ਵਤ ਉਹਨਾਂ ਪੁੱਛਿਆ ਮਨ ਨਬੀਓ ਕੇ ਬੀਬੀ ਦੱਸਾ ਹੈ, ਆਖੀਰ ਤੇ ਉਹਨਾਂ ਪੁੱਛਿਆ ਬੀਬੀ ਮਨ ਇਮਾਮ ਹੋ ਕੇ ਬੋਲੋ। ਫਸਾ ਕਾਤਾ, ਅੰਮਾ ਚੁੱਪ ਕਰ ਗਈ ਬਈ ਪੋਤਰ ਜੇ ਏਡਾ ਹੀ ਵੱਡਾ ਹੋਵੇ, ਪੋਤਰੇ ਨਾ ਬੋਲੋ, ਜੇ ਏਡਾ ਹੀ ਵੱਡਾ ਹੋਵੇ ਪੋਤਰ। ਬੀਬੀ ਆਖੇ ਕਿਵੇਂ ਆਖਾਂ, ਅਲੀ ਮੈਡਾ ਇਮਾਮ ਚੁੱਪ। ਉਹਨਾਂ ਵੱਧ ਪੁੱਛਿਆ ਬੀਬੀ ਚੁੱਪ, ਉਹਨਾਂ ਵੱਧ ਪੁੱਛਿਆ ਬੀਬੀ ਚੁੱਪ। ਡਰ ਮੈਂ ਹੁਣ ਜੁਮਲਾ ਇੰਝ ਪਿਆ ਆਦਾ, ਪੜ੍ਹੇ ਲਿਖੇ ਲੋਕ ਬੈਠੋ, ਡਾਇਰੈਕਟ ਡਾਇਲਿੰਗ 'ਤੇ ਮੁਬਸ਼ਰ ਅਤੇ ਬਸ਼ੀਰ ਨੇ ਅੱਲਾਹ ਨਾਲ ਗੱਲ ਕੀਤੀ, ਬੜਾ ਸੋਹਣਾ ਕਰਕੇ ਪੜ੍ਹਦਾ ਪਿਆ। ਅੱਲਾਹ ਸਾਈਂ ਤ੍ਰੈ ਦਫ਼ਾ ਤੁਹਾਡਾ ਹੁਕਮ ਹੈ, ਪੁੱਛੋ, ਤ੍ਰੈ ਦਫ਼ਾ ਪੁੱਛੀ ਖੜੇ ਹੈ, ਝਿਣਕ ਨਹੀਂ ਦੇ ਸਕਦੇ, ਉੱਚਾ ਨਹੀਂ ਅਲਾ ਸਕਦੇ ਜੇ ਅਲੀ ਦੀ ਮਾਂ। ਮੱਥੇ ਤੇ ਮੱਛੜ ਨਾ ਹੋਵੇ ਭਾਈ, ਅਲੀ ਦੀ ਅਜ਼ਮਤ ਸੁਣ ਕੇ ਮੱਥੇ ਤੇ ਮੱਛੜ ਨਾ ਹੋਵੇ, ਮੱਛੜ ਹੋਇਆ ਤਾਂ ਵੱਧ ਗੜਬੜੇ ਗੌਰੇ। ਆਵਾਜ਼ ਤੋਹੀ ਦਾਈ ਮੁਬਸ਼ਰ ਤੇ ਬਸ਼ੀਰ, ਕਾਨੂੰਨ ਬਦਲਾ ਛੋੜਾ ਸੇ, ਤ੍ਰੈ ਦਫ਼ਾ ਵੱਧ ਪੁੱਛੋ। ਅੱਛਾ ਮੈਂ ਅੱਲਾ ਸਾਈਂ ਨਾਲ ਇੱਕ ਗਾਲ ਕੀਤੀ ਹੈ, ਤੁਹਾਨੂੰ ਸੁਣਾਵਾਂ। ਅੱਲਾ ਸਾਈਂ ਨਾਲ ਗਾਲ ਨਹੀਂ ਕਰ ਸਕਦੀ, ਤੁਹਾਨੂੰ ਚੁੱਪ ਕਰੋ। ਅਕਰਬੋ ਮਿਨ ਹਬਲਿਲ ਵਰੀਦ, ਉਹ ਤੁਹਾਡੀ ਸ਼ਾਨ ਰੱਬ ਤੋਂ ਤੁਹਾਡੇ ਨੇੜੇ ਹੈ, ਅੱਲਾ ਨਾਲ ਜਿਹੜੀ ਗੱਲ ਕਰੋ ਅੱਲਾ ਤਾਂ ਹੈ। ਪਤੀ ਚੁੱਪ, ਹੈਰਾਨ ਸੀ ਗਿਆ, ਅਤੇ ਨਾਲੇ ਮੈਂ ਸਹੀ ਆ ਤਾਂ ਅੱਲਾ ਨਾਲ ਤੁਹਾਡੇ ਸਾਹਮਣੇ ਵੱਧ ਗਾਲ ਪਿਆ ਕਰਿਆ, ਮੇਰੇ ਨਾਲ ਰਵਾ। ਮੈਂ ਕਿ ਅੱਲਾ ਸਾਈਂ ਤੈਨੂੰ ਕੋ ਪਤਾ ਕੋਈ ਨਹੀਂ, ਇੱਕ ਤੁਹਾਡਾ ਮਹਬੂਬ ਮੁਹੰਮਦ ਮਾ ਸਦੇ ਤੇ ਮੇਰੇ ਨਾਲ ਰਵਾਏ ਬਾਈ। ਅੱਲਾ ਸਾਈਂ ਤੈਨੂੰ ਕੋ ਪਤਾ ਕੋਈ ਨਹੀਂ, ਤੇਰਾ ਅਲੀ ਵਲੀ ਉਹਦੀ ਮਾਂ ਹੈ। ਅੱਲਾ ਸਾਈਂ ਤੈਨੂੰ ਕੋ ਪਤਾ ਕੋਈ ਨਹੀਂ, ਜੋ ਤੈਂ ਮਰੀਅਮ ਕੋ ਹਟਾਇਆ ਹਾਂ, ਇਹ ਕੋ ਖਾਬੇ 'ਚ ਬੁਲਾਇਆ ਹਾਂ। ਇਹਦੇ ਕਿਤੇ ਰਾਹ ਬਣਾਇਆ ਹਾਂ ਵੀ, ਤ੍ਰੈ ਦਿਹਾੜੇ ਮਹਿਮਾਨ ਰੱਖਾ ਹਾਂ ਵੀ, ਜੰਨਤ 'ਚੋਂ ਖਾਣੇ ਭਿਜਵਾਏ ਹਨ। ਅੱਲਾ ਸਾਈਂ ਜਿਹੜੇ ਤੇ ਕੋ ਪਤਾ ਹੈ ਅਲੀ ਤੇ ਨਬੀ ਕੋ ਮਾਂ ਸਦੇ ਦਿਨ, ਬਹੁ ਵੱਡੀ ਗੱਲ ਹੈ, ਚਿਹਰੇ ਸਾਰੇ ਮੈਂ ਦੇਖਣੇ। ਅੱਲਾ ਸਾਈਂ ਵੰਜਣ ਦੇ
ਜਿਹੜਾ ਅੱਲਾ ਦਾ ਜਵਾਬ ਹੈ ਸੁਣਵਾਵਾਂ। ਅੱਲਾ ਕਹੋ ਕਮਲਾ ਸੈਦ, ਤੁਹਾਂ ਕੋਲ ਤਾਂ ਕਮਲਾ ਨਹੀਂ ਮੈਂ ਆਖਣਾ, ਮੈਂ ਆਪ ਕੋ ਆਖਿਆ, ਤੁਹਾਂ ਕੋਲ ਤਾਂ ਨਹੀਂ ਮੈਂ ਆਖ ਕਬੜੀ ਦੇ ਪਿਆ, ਮੈਂ ਤਾਂ ਸਭ ਕੋ ਆਖੇ ਨਾ, ਤੁਸੀਂ ਸਿਆਣੇ ਹੋ। ਅੱਲਾ ਕਹੋ ਕਮਲਾ ਸੈਦ, ਅੱਜ ਅਲੀ ਦੀ ਅੰਮਾ ਤੂੰ ਅਲੀ ਉਨ ਵਲੀ ਉੱਲਾਹ ਦਾ ਇਕਰਾਰ ਮੈਂ ਸੁਣਨਾ ਸੁਣੈ ਸੁਣੈ। ਮੈਂ ਕਿ ਅੱਲਾ ਸਾਈਂ ਤੈਨੂੰ ਪਤਾ ਹੈ ਅਲੀ ਦੀ ਮਾਂ ਏ, ਮੌਲੂਦ ਏ ਕਾਬਾ ਦੀ ਮਾਂ ਏ, ਆਵਾਜ਼ ਏ ਤੌਹੀਦ ਏ। ਨਹੀਂ ਨਹੀਂ, ਅਗਰ ਅੱਜ ਮੈਂ ਅਲੀ ਦੀ ਅੰਮਾ ਕੋ, ਅੱਜ ਮੈਂ ਮੋਮਨਾ ਦੇ ਅਮੀਰ ਦੀ ਅੰਮਾ ਕੋ, ਅਲੀ ਉਨ ਵਲੀ ਉੱਲਾਹ ਦੇ ਬਗੈਰ ਕਬਰ ਵਿੱਚੋਂ ਵੰਜਣ ਦੇਵਾਂ, ਵਤ ਕਾਨੂੰਨ ਟੁੱਟ ਵੇ ਸੀ, ਆਵਣ ਵਾਲੇ ਵਕਤ ਵਿੱਚ ਮੈਂ ਕੋ ਕਈ ਬਈਆਂ ਮਾਵਾਂ ਛੋੜਨੀਆਂ ਪੈ ਵੈਸੇ। ਹੱਥ ਬੁਲੰਦ ਕਰਕੇ ਨਾਰਾ ਹੈ ਦਰੀ, ਕਹਿ ਦੀ ਮਾਂ ਹੋਵੇ ਕਹਿ ਦੀ, ਅਲੀ ਉਨ ਵਲੀ ਉੱਲਾਹ ਦਾ ਇਕਰਾਰ ਕਰੇ ਸੀ ਕਬਰ ਚੋਂ ਅੱਗਾਂ ਵੈਸੀ। ਜਿਬਰਾਇਲ ਜੀ ਰੱਬੇ ਜਲੀਲ ਤੂੰ ਚੰਗਾ, ਇਹ ਮੈਂ ਸਰੇਕੀ ਅੰਦਾਜ਼ ਵਿੱਚ ਪੜ੍ਹਦਾ ਖਾਂ, ਤੂੰ ਚੰਗਾ ਕਿਉਂ ਲੈਸਨ, ਉਹ ਤੂੰ ਮਕਾਮ ਹੈ ਸਿਦਰਾ 'ਤੇ ਬੈਠਾ, ਤੇਰੇ ਉਸਤਾਦ ਦੀ ਅੰਮਾ ਦੁਨੀਆ ਤੋਂ ਟੁਰ ਗਈ ਹੈ, ਤੂੰ ਚੰਗਾ ਹੈ। ਅੱਲਾ ਸਾਈਂ ਮੈਂ ਤੇਰੇ ਹੁਕਮ ਦਾ ਮੁੰਤਜ਼ਰ ਹਾਂ, ਬਸ ਜਲਦੀ ਕਰ ਵੰਨ ਵੰਨ ਜਲਦੀ ਕਰ। ਨਬੀ ਕੋਈ ਤਾਜ਼ੀਅਤ, ਅਲੀ ਕੋਈ ਤਾਜ਼ੀਅਤ, ਅਤੇ ਮੇਰੇ ਨਬੀ ਨਾਲ ਗੱਲ ਕਰ ਸੁਬਹਾਨ ਅੱਲਾ। ਪਤਾ ਨਹੀਂ ਮੌਲਵੀ ਨੂੰ ਅਲੀ ਨਾਲ ਕੀ ਹਾਂ ਵਾਟੇ, ਪਤਾ ਨਹੀਂ ਕੀ ਹਾਂ, ਸਮਝ ਨਹੀਂ ਆਉਂਦੀ। ਇਵੇਂ ਫੀਸ ਹੋਈ ਵੰਨ ਜਿਬਰਾਇਲ, ਉਹ ਤੇਰੀ ਹਯਾਤੀ ਹੋਵੇ ਸੈਯਦਾ, ਆਵਾਜ਼ ਵੰਨ ਨਬੀ ਨਾਲ ਮੇਰੀ ਤਰਫੋਂ ਗੱਲ ਕਰ, ਫਿਰ ਆਪਣੀ ਅੰਮਾ ਨਾਲ ਆਪ ਗਾਲ ਕਰੇ, ਅੰਮਾ ਨਾਲ ਆਪ ਗਾਲ ਕਰੇ, ਅਲੀ ਦੇ ਬਗੈਰ ਨਿਭਦੀ ਨਹੀਂ ਸਿਰ, ਨਹੀਂ ਸਿਰ ਨਹੀਂ ਜ਼ਬਾਨ ਅੱਲਾ ਦਿੱਤੀ ਹੈ ਨਿੱਕੀ ਜਿਹੀ। ਉਸ ਵੇਲੇ ਪਾਕ ਰਸੂਲ ਨੇ ਆਪਣੀ ਮਜ਼ਾਰੇ ਪਾਕ ਕਬਰ ਅਕਦਸ ਦੇ ਉੱਤੇ ਹੱਥ ਰੱਖਿਆ, ਪਾਕ ਨਬੀ ਫਰਮਾਨ ਯਾ ਰੁਤਬ ਲਵੈ ਯਾ ਉਮਾ, ਅੰਮਾ ਜਾਨ ਲਾ ਜਾਫਰ ਵਾਲਾ ਅਕੀਰ ਵਾਲਾ ਤਾਲਿਬ, ਅੰਮਾ ਤੇਰੇ ਚਾਰ ਪੁੱਤਰ ਇੰਨਾ, ਇੱਕ ਜਾਫਰ ਏ, ਇੱਕ ਅਕੀਲ ਏ, ਇੱਕ ਤਾਲਿਬ ਏ। ਅੰਮਾ ਤਾਲਿਬ ਨਹੀਂ, ਅੰਮਾ ਜਾਫਰ ਨਹੀਂ, ਅੰਮਾ ਅਕੀਲ ਨਹੀਂ, ਬਲ ਇਬਨੋਖੇ ਅਲੀ ਇਬਨੇ ਅਬੀ ਤਾਲਿਬ। ਅੰਮਾ ਗੁਜ਼ਾਰਾ ਨੌਸ਼ੀ ਆਖ ਜਾ ਮੇਰਾ ਪੁੱਤਰ ਅਲੀ ਮੇਰਾ ਇਮਾਮ ਏ, ਬੋਲੋ ਜਾਗਦੇ ਬੈਠੇ ਹੋ। ਮਿੰਬਰ ਏ ਪਾਕ ਦੀ ਕਸਮ ਏ, ਇਸੇ ਇੱਜ਼ਤ ਵਾਲੇ ਅਲੀ ਦੀਆਂ ਧੀਆਂ ਰੁਲ ਗਈਆਂ, ਤਰੀ ਪੈਂਤੀ ਸਾਲ ਹੋ ਗਏ ਤੁਹਾਡੇ ਵਿੱਚ ਮੌਲਾ ਦੀ ਡਿਊਟੀ ਦਿੰਦੇ ਹਾਂ, ਨਾਮਵਰੀ ਨਹੀਂ ਇਬਾਦਤ ਅਮਲ। ਮਿੰਬਰੇ ਪਾਕ ਦੀ ਕਸਮ ਸੇਦੋ ਉਮਤੀਓ, ਚਾਰ ਮੌਕਿਆਂ 'ਤੇ ਮਾਵਾਂ ਹਰ ਸ਼ੈ ਦਾ ਖਿਆਲ ਛੋੜ ਕੇ ਆਪਣੇ ਬੱਚਿਆਂ ਕੋ ਬਚਾਉਂਦੀਆਂ। ਇੱਕ ਵੈਣ ਜ਼ਲਜ਼ਲਾ ਆ ਵੰਨੇ, ਹਰ ਸ਼ੈ ਦਾ ਖਿਆਲ ਮਾਂ ਛੋੜ ਲੈਂਦੀ ਏ ਬੱਚਿਆਂ ਕੋ ਬਚਾਉਂਦੀ।
ਸੁਰਖ ਅੰਧੇਰੀ ਕਾਲੀ ਅੰਧੇਰੀ ਤੂਫਾਨ ਆ ਬਣੇ, ਹਰ ਸ਼ੈ ਦਾ ਖਿਆਲ ਖਤਮ, ਬੱਚਿਆਂ ਕੋ ਬਚੇ ਦੀ ਘਰ ਕੋ ਭਾ ਲੱਗ ਬਣੇ, ਆਦਿ ਘਰ ਆਦਿ ਮੇਰੇ ਘਰ ਦੀ ਹਰ ਸ਼ੈ ਸੜ ਬਣੇ, ਮੇਰੇ ਬੱਚਿਆਂ ਨੂੰ ਕੁਝ ਨਾ ਹੋਵੇ, ਉਹ ਲੁੱਟਣ ਵਾਲਾ ਆ ਬਣੇ। ਬਿਸਮਿਲਾ ਬਿਸਮਿਲਾ, ਡਾਕੂਆਂ ਦੇ ਅੱਗੂ ਲੁੱਟਣ ਵਾਲਿਆਂ ਦੇ ਅੱਗੂ ਹੱਥ ਬੰਨ ਬੰਨ ਕੇ ਆਦੀਏ, ਮੇਰੇ ਘਰ ਦੀ ਹਰ ਸ਼ੈ ਲੁੱਟ ਗਿਨੋ, ਮੇਰੇ ਬੱਚਿਆਂ ਕੋ ਅੱਗ ਲੱਗ ਵਣੇ, ਲੁੱਟਣ ਵਾਲਾ ਆ ਵਣੇ, ਜ਼ਲਜ਼ਲਾ ਆ ਵਣੇ, ਤੂਫਾਨ ਅਤੇ ਅੰਧੇਰੀ ਆ ਵਣੇ, ਦਿਨ ਰਾਤ ਧੀਆਂ ਭੈਣਾਂ ਕੋ ਨਾਲ ਲਾ ਕੇ ਮਿੱਟੀਆਂ 'ਤੇ ਬਹਿ ਕੇ ਰੋਂਦੇ ਤਾਂ ਵਧੇ ਹੈ। ਯਾਰਾਂ ਮੁਹਰਮ ਦੀ ਰਾਤ, ਇਹ ਚਾਰੇ ਚੀਜ਼ਾਂ ਇਕੱਠੀਆਂ ਥੀ ਕੇ ਅਲੀ ਦੀਆਂ ਧੀਆਂ ਦੇ ਖਿਆਲ ਵਿੱਚ ਆਏ ਹੈ, ਕਰ ਛੋੜ ਕਰੋ ਹੈ ਨਹੀਂ ਆਉਂਦਾ ਰੋਣ, ਇਨਸਾਨ ਹੈ ਤਾਂ ਕਰ ਸਕਦਾ, ਤਬਾਕਾ ਦਾ ਮਾਨ ਹੈ ਕਰਨਾ, ਦਿਖਾਏ ਮੈਡੂ ਦੋ ਦੁਆਈ ਮੰਗਦਾ ਆਮੀਨ ਅਖਾਏ, ਦੁਆ ਮੰਗੀ ਕਰੋ ਸ਼ਾਲਾ ਹੂੰ, ਘਰ ਨੂੰ ਅੱਗ ਨਾ ਲੱਗੇ ਜਿੱਥਾਂ ਪਾਣੀ ਨਾ ਹੋ, ਸ਼ਾਲਾ ਹੂੰ ਘਰ ਨੂੰ ਕੋਈ ਨਾ ਲੁੱਟੇ ਜਿਹਦੇ ਬਚਾਵਣ ਵਾਲਾ ਕੋਈ ਨਾ। ਚਾਲੀ ਸਾਲ ਦੇ ਲਗਭਗ ਮੈਂ ਕੋ ਜ਼ਿਕਰ ਪਾਕ ਕਰਦਿਆਂ ਹੋ ਗਏ, ਮੈਂ ਯਾਰਾਂ ਮੁਹਰਮ ਦੀ ਰਾਤ ਸ਼ਹਾਦਤ ਹੁਸੈਨ ਤੋਂ ਬਾਅਦ ਮੁਸਲਮਾਨਾਂ ਮੇਰੀਆਂ ਸੈਣੀ ਦੇ ਖਿਆਮ ਵਿੱਚ ਬਣ ਕੇ ਬੀਬੀਆਂ ਨੂੰ ਕਿਵੇਂ ਲੁੱਟੇ, ਮੈਂ ਚਾਲੀ ਸਾਲ ਵਿੱਚ ਅੱਜ ਤੱਕ ਨਹੀਂ ਪੜ੍ਹਾ, ਔਰ ਬਾਕੀ ਵੀ ਜਿਤਨੀ ਜ਼ਿੰਦਗੀ ਹੈ ਮਤ ਨਹੀਂ ਪੜ੍ਹਨਾ, ਅੱਜ ਵੀ ਨਹੀਂ ਪੜ੍ਹਨਾ, ਉਹ ਮੇਰਾ ਇੱਕ ਆਪਣਾ ਰਾਜ਼ ਹੈ, ਉਹ ਮੇਰਾ ਇੱਕ ਆਪਣਾ ਅਕੀਦਾ ਹੈ, ਆਪਣੀ ਅਕੀਦਤ ਹੈ। ਇਹ ਲੁਟੀਚਣ ਵਾਲੀ ਗੱਲ ਜਿਹੜੇ ਬਾਰ੍ਹਵੀਂ ਸਰਕਾਰ ਜ਼ਹੂਰ ਫਰਮਾਏ ਸਨ ਨਾ, ਅਤੇ ਮਿੰਬਰ ਦੇ ਉੱਤੇ ਬਹਿ ਕੇ ਆਪਣੇ ਡਾਡੇ ਦੀ ਮਜਲਿਸ ਪੜ੍ਹ ਸਨ, ਇਹ ਬਾਰ੍ਹਵੇਂ ਇਮਾਮ ਨੂੰ ਆਖਸੋ ਮੌਲਾ ਤੁਸਾਂ ਸੁਣਵਾਓ ਤੁਹਾਡੀਆਂ ਡਾਡੀਆਂ ਕੋ ਮੁਸਲਮਾਨ ਕੀ ਮੇਰੀ ਜ਼ਰੂਰਤ ਨਹੀਂ, ਨਾ ਪੜ੍ਹਿਆ ਕਦੇ ਵੀ ਨਹੀਂ ਪੜ੍ਹਿਆ, ਕੋਈ ਤੁਹਾਨੂੰ ਮੇਰੇ ਚਾਲੀ ਸਾਲ ਦੇ ਮਜਾਲਿਸ ਹਜ਼ਾਰਾਂ ਮੁਹਰਮ ਵਿੱਚ ਤੁਹਾਨੂੰ ਕੋਈ ਵੀ ਨਾ ਆਖਸੀ ਆਗਾ ਸਾਹਿਬ ਦੀ ਥਾਈ, ਹੁਣ ਵੀ ਨਹੀਂ ਪੜ੍ਹਿਆ, ਹੇਕ ਹੇਕ ਖੈਮਾ ਨਹੀਂ ਚੱਲਾ ਮੁਸਲਮ ਇਜ਼ਾਕਰ ਤੇਰੇ ਕੋਲ ਲੁਕੈਂਦਨ, ਸੈਯਦ ਮਾਫ ਕਰ ਸੈਨ, ਉਮਤੀ ਮਾਫ ਕਰ ਸੈਨ, ਯਾਰਾਂ ਮੁਹਰਮ ਦੀ ਰਾਤ ਮੁਸਲਮਾਨਾਂ ਨਬੀ ਜ਼ਾਦੀਆਂ ਦੇ ਖਿਆਮਾਂ ਨੂੰ ਇੰਜ ਅੱਗ ਲਾਈਏ ਚਵਾਂ ਪਾਸੋਂ ਜਿਵੇਂ ਸ਼ਿਕਾਰੀ ਜੰਗਲ ਹੈ ਕਰੋ ਬੈਠੇ ਹੈ, ਦਰਮਿਆਨ ਵਿੱਚ ਖੈਮਾ ਹਾਈ ਮੇਰੇ ਮੁਰਸ਼ਦ ਇਮਾਮ ਸਜਾਦ ਦਾ, ਰੇਤ ਦੇ ਬਿਸਤਰ ਤੇ ਬਿਸਤਰ ਵੀ ਲੁੱਟ ਗਿੰਦਾ, ਇਹਨੂੰ ਫੁੱਫੀਆਂ, ਇਹਨੂੰ ਮਾਵਾਂ, ਇਹਨੂੰ ਚਾਚੀਆਂ, ਭੈਣਾਂ, ਭਰਜਾਈਆਂ, ਕਨੀਜ਼ਾਂ, ਮੇਰੀ ਆਲੀਆ ਸੈਣ ਝੁਕੀ ਮੋਢਾ ਹਲਾ ਕੇ ਆਦੀ ਜਾ ਪੰਜਾਂ ਦੀ ਯਾਦ ਜਾ ਖੇਮੇ ਜਲ ਗਏ, ਅਸਾਂ ਲੁੱਟੀ ਗਈਆਂ ਹੈ, ਇੱਕ ਤੇਰਾ ਖੈਮਾ ਬਾਕੀ ਰਹਿ ਗਈ ਹੈ। ਇਮਾਮ ਜ਼ਮਾਨਾ ਦੀ ਅੱਖ ਖੁੱਲ੍ਹੀ, ਫੁੱਫੀਆਂ, ਭੈਣਾਂ, ਮਾਵਾਂ, ਚਾਚੀਆਂ ਨੂੰ ਬਿਠਾ, ਮੈਂ ਇੰਨੇ ਪੜਦਾਂ ਦਾ ਬਿਮਾਰੀ ਖਤਮ, ਪੁਰਾਣੇ ਅਜ਼ਾਦਾਰ ਬੈਠੋ ਬਿਮਾਰੀ ਮੁੱਕ ਗਈ, ਇਵੇਂ ਕੰਬਦੇ ਹੋਏ ਹੱਥ ਨਾਲ ਮੇਰਾ ਇਮਾਮ ਆਦਾ ਅੰਮਾ ਲੈ ਲਾ
ਭੈਣ ਫਾਤਿਮਾ ਕੁਬਰਾ, ਚਾਚੀ ਉਮੇ ਫਰਵਾ, ਪੁੱਪੀ ਜ਼ੈਨਬ ਜੀ ਸੱਜਾਦ ਅਲ ਹਿਜਾ, ਪਰਦਾ ਕਰੋ ਮੈਂ ਤਾਂ ਪੜ੍ਹ ਛੋੜੇ। ਸੁਬਹਾਨ ਸੁਬਹਾਨ ਸੁਬਹਾਨ। ਗੈਰਤਮੰਦਾਂ ਤੇ ਸ਼ਰੀਫਾਂ ਨੂੰ ਪੜ੍ਹ ਰਿਹਾ, ਮੇਰੇ ਸ਼ੈਣ ਜੋਗ ਤੇ ਪੁੱਤਰ ਦਾ ਮੂੰਹ ਚੁੰਮਿਆ, ਫਰਮਾਇਆ ਕਿਹੜੀ ਸ਼ਾਇਦ ਦਾ ਪਰਦਾ ਕਰਾਂ, ਤੇਰੇ ਪਿਓ ਦਾ ਕਾਤਿਲ ਸਾਮਾਨ ਲੁੱਟ ਗਿਆ। ਨਾਲੇ ਕਈ ਬੰਦੇ ਸੋਚ ਰਹੇ ਨੇ ਹੈ ਕਰੂੰ ਜਾਂ ਨਾ ਕਰੂੰ, ਮੇਰੇ ਕੀਤੇ ਨਹੀਂ ਆਪਣੇ ਕੀਤੇ। ਬੀਬੀਆਂ ਦੀਆਂ ਮਸਾਲਾ ਪੁੱਛਣ ਆਈਆਂ, ਮੱਛਲੀ ਦੀ ਮੌਤ ਏ ਪਾਣੀ ਤੋਂ ਬਹਿਰਾਮ, ਅਲੀ ਦੀਆਂ ਧੀਆਂ ਦੀ ਮੌਤ ਏ ਬਗੈਰ ਚਾਦਰ ਤੇ ਖਿਆਮ ਤੋਂ। ਮੇਰੇ ਮੌਲਾ ਨੇ ਆਇਤ ਕੁਰਾਨ ਪੜ੍ਹੀ, ਲਾ ਤੁਲਕੂ ਅਯਦੀਕੁਮ ਇਲਾ ਤਹਲੁਕਾ, ਖੁਦਕੁਸ਼ੀ ਹਰਾਮ ਹੈ। ਮੇਰੇ ਇਮਾਮ ਨੇ ਫਰਮਾਇਆ ਵਾਲਾਂ ਦਾ ਪਰਦਾ ਬਣਾਓ, ਖਾ ਕੇ ਕਰਬਲਾ ਵਾਲਾਂ ਚ ਰਲਾਓ, ਬਹਿ ਮਿੰਬਰ ਏ ਪਾਪ ਦੀ ਕਸਮ। ਬੜੀ ਸੋਹਣੀ ਬਜ਼ੁਰਗ ਬਿਸਮਿਲਾ, ਬਜ਼ੁਰਗਾਂ ਦੀ ਬੜੀ ਸੋਹਣੀ ਮਿਸਾਲ ਏ, ਅਲੀ ਦੀਆਂ ਨੋਹਾਂ ਅਤੇ ਧੀਆਂ, ਯਾਰਾਂ ਮੁਹੱਰਮ ਦੀ ਰਾਤ, ਚਾਂਦਣੀ ਰਾਤ, ਖਿਆਮ ਵਿੱਚੋਂ ਇਵੇਂ ਨਿਕਲੀਆਂ ਜਿਵੇਂ ਨਮਾਜ਼ੀ ਦੀ ਤਸਬੀਹ ਦਾ ਧਾਗਾ ਟੁੱਟ ਵੱਜਿਆ। ਕੋਈ ਦਾਣਾ ਕਿਨਾਰ ਨਹੀਂ, ਕੋਈ ਦਾਣਾ ਕਿਨਾਰ। ਸ਼ਰੀਫਨ ਪੜ੍ਹ ਗਿਆ ਮੈਂ, ਸ਼ਰੀਫਨ ਪੜ੍ਹ ਗਏ ਸੁਣ ਸੁਣ। ਜਿਹੜੇ ਬੀਬੀ ਜ਼ੈਨਬ ਜਲੇ ਹੋਏ ਦਰਵਾਜ਼ੇ 'ਚੋਂ ਬਾਹਰ ਨਿਕਲਣ ਲੱਗੀ ਹੈ ਨਾ, ਇਹ ਮੁਖਤਲ ਏ ਲਫਜ਼ਾਂ ਦਾ ਮੈਂ ਜ਼ਾਮਿਨ ਹਾਂ। ਬੀਬੀ ਦੇ ਪੇਰ ਨਾਲ ਮਸਤੂਰ ਦਾ ਜਿਸਮ ਅੜੈ, ਧੂੰਏ ਦੀ ਵਜ੍ਹਾ ਤੋਂ ਅੰਧੇਰਾ ਆਈ, ਉਹ ਚਾਂਦਣੀ ਰਾਤ ਹੈ, ਬੀਬੀ ਉੱਥੋਂ ਹੀ ਬਹਿ ਗਈ। ਇਹ ਇਵੇਂ ਬੀਬੀ ਹੱਥ ਲਫਜ਼ ਬ ਲਫਜ਼ ਲਿਖਾਏ ਮੈਂ ਲੋਕ, ਬੀਬੀ ਹੱਥ ਮਾਰੇ ਨਾ ਤਾਂ ਬੀਬੀ ਮਹਿਸੂਸ ਕੀਤਾ ਕਿ ਕੋਈ ਮਸਤੂਰ ਏ ਜਿਹਦੀ ਕੰਢ ਆਸਮਾਨ ਦੋਵੇ ਮੂੰਹ ਜ਼ਮੀਨ। ਬੀਬੀਆਂ ਦੇ ਮਨ ਅੰਤੇ ਬੀਬੀਆਂ ਦੇ ਕੌਣ ਨੇ, ਹੌਲੇ ਹੌਲੇ ਆਵਾਜ਼ ਆਈ ਏ ਮੈਂ ਕਾਸਿਮ ਦੀ ਬੰਦਗੀ। ਸੁਬਹਾਨ ਅੰਮਾ, ਖੁੱਪੀ ਅੰਮਾ, ਅੰਮਾ ਤੁਹਾਡੇ ਕੋਲੋਂ ਕੋਈ ਸੜੀ ਹੋਈ ਚਾਦਰ ਦਾ ਟੁਕੜਾ ਹੈ? ਬੀਬੀ ਇੱਕੋ ਜਵਾਬ ਦਿੱਤਾ ਅਗਰ ਸਮਝ ਆ ਵਾਂਗੇ ਤਾਂ। ਬੀਬੀ ਆਖੇ ਉੱਠੀ, ਗੌਰ ਮਾ ਗੌਰ ਨਾਲ ਮੈਨੂੰ ਦੇਖ, ਅੰਮਾ ਤੋਕੇ ਅੰਮਾ ਤੋਕੇ ਮਿਸ ਲੋਕੇ ਆਵਾਜ਼ ਦੇ, ਤੇਰੀ ਖੁੱਪੀ ਦੀ ਚਾਦਰ ਵੀ ਲੁੱਟੀ। ਬਸ ਇੱਕ ਵੈਨ ਪੜ੍ਹਾਂ ਚਾਹੁੰਦਾ, ਟਿੱਬੇ ਦੀ ਗੇੜ ਨਾਲ ਮੇਰੀ ਸੈਣ ਬੀਬੀਆਂ ਕੋ ਬੁਲਾਇਆ, ਫਰਮਾਇਆ ਬੱਚਿਆਂ ਦਾ ਖਿਆਲ ਕਰੋ ਮੈਂ ਆਉਂਦੀ ਪਈ। ਇਹ ਜੁਮਲਾ ਮੈਂ ਖਤਮ ਕਰ ਛੋੜਿਆ, ਚੱਲੇ ਹੋਰ ਖਿਆਮ ਵਿੱਚੋਂ 23 ਸਾਲਾਂ ਦੇ ਪੁੱਤਰ ਕੋ ਕੰਢ 'ਤੇ ਚਾਹਿਆ। ਆਪਾਂ ਇੱਕ ਕਜ਼ਮੀਨੀ ਅਲੈ ਰਹਿਮਾ ਨੇ ਲਿਖਿਆ, ਚਾਹ ਕੇ ਚਾਰ ਕਦਮ ਟੁਰੀਏ ਨਾ ਤੇ ਮਕਤਲ ਤੋਂ ਮੂੰਹ ਕਰਕੇ ਦਿਓ, ਹੁਸੈਨ ਤੂੰ ਵੀ ਲਾਸ਼ਾਂ ਚਾਹੀਦਾ ਰਹੀਆਂ ਸਾਰਾ ਨਹੀਂ ਮਗਰ ਮਰਦ ਮੈਨੂੰ ਦੇਖ ਮੈਂ ਮਸਤੂਰਾ, ਭੈਣ ਦੀ ਨਸਲ ਮੁੱਕ ਗਈ ਹੈ, ਤੇਰੀ ਨਸਲ ਬਚਾਈ ਮੈਂ। ਬੜੀ ਸੋਹਣੀ ਮੁਕਾਣੀ ਆ, ਅਲਹਮਦੁਲਿਲਾ ਅਲਹਮਦੁਲਿਲਾ। ਮਸਤੂਰਾਂ ਦੇ ਦਰਮਿਆਨ ਆ ਕੇ ਇਮਾਮ ਜ਼ਮਾਨਾ ਕੋ ਲਿਟਾਇਆ, ਬੀਬੀ ਰੋ ਕਹਿ ਦੇ ਅੰਮਾ ਅੰਮਾ ਜੰਗ ਦੇ ਡਰੇ ਹੋਣੇ,
ਜ਼ਲਜ਼ਲੇ ਦੇ ਡਰੇ ਹੋਏ ਹਨ, ਅੱਗ ਦੇ ਡਰੇ ਹੋਏ ਹਨ, ਤੂਫਾਨ ਦੇ ਡਰੇ ਹੋਏ। ਸੁਭਾਨ ਅੱਲਾਹ। ਅੰਮਾ ਇਹ ਹਨ ਗਾਜ਼ੀ ਦੇ ਪਹਾੜੇ ਦੇ ਹੇਲਕ। ਅੰਮਾ ਤੈਂ ਮੈਂ ਕੋ ਕਦਾਈ ਉੱਚਾ ਅਲੈਂਦਾ ਡਿੱਠੇ। ਅੰਮਾ ਮੈਂ ਉੱਚਾ ਅਲਾਵਾਂ ਨਾ, ਮੇਰੀ ਆਵਾਜ਼ ਅੱਬਾਸ ਦੀ ਆਵਾਜ਼ ਨਾਲ ਮਿਲਦੀ ਹੈ। ਅੰਮਾ ਇੱਕ ਸੜੀ ਹੋਈ ਚੋਬ ਮੈਂ ਕੁੜੇ ਇੱਕ ਆਪ ਚਾ, ਜਿਹਨੇ ਮੈਂ ਗਾਜ਼ੀ ਦੇ ਲਹਿਜੇ 'ਚ ਪਾਰਾ ਦੇਸਾਂ ਨਾ, ਕੋਈ ਆਕਸਨ ਚਾਚਾ ਵੱਲ ਲਾਏ, ਕੋਈ ਆਕਸਨ ਅਲਮਦਾਰ ਵੱਲ ਲਾਏ, ਕੋਈ ਆਕਸੀ ਮਾਮਾ ਵੱਲ ਲਾਏ। ਮੈਂ ਆਦਾ ਆਜ਼ਾਦਾਰ ਅਤੇ ਰੋਮਨ ਕੀਤੇ ਇਤਨਾ ਹੀ ਕਾਫੀ ਹੈ। ਬੀਬੀ ਜ਼ੈਨਬ ਅਤੇ ਪਹਾਰਾ ਸੱਜੇ ਬਸ ਵਹਿਣ 'ਤੇ ਆ ਗਈਆਂ। ਸੱਜੇ ਪਾਸੋਂ ਬੀਬੀ ਜ਼ੈਨਬ ਏ, ਖੱਬੇ ਪਾਸੋਂ ਬੀਬੀ ਫਿਜ਼ਾ ਏ। ਸੜੀ ਹੋਈ ਚੋਗ ਰੂਹਾਂ ਸੈਣੀ ਦੇ ਹਾਥੀ 'ਚ, ਤੇਰੇ ਮੇਰੇ ਇਲਾਕੇ ਦਾ ਪਹਾਰੇਦਾਰ ਅਤੇ ਖਬਰਦਾਰ। ਅਰਬ ਇਰਾਕ 'ਚ ਪਹਾਰੇਦਾਰ ਅਤੇ ਯਾ ਹਾਫਿਜ਼ੋ। ਬੀਬੀ ਜ਼ੈਨਬ ਦੀ ਤਸਬੀਹ ਏ, ਕੋਈ ਤਕਲੀਫ ਮੁਸੀਬਤ ਹੋਵੇ ਨਾ ਤਾਂ ਇੱਕ ਤਸਬੀਹ ਪੜ੍ਹ ਕੇ ਅਜ਼ਮਾਵੇ। ਯਾ ਹਾਫਿਜ਼ੋ ਪੜ੍ਹੋ ਬੀਬੀ ਦਾ ਯਾ ਹਾਫਿਜ਼ੋ ਯਾ ਹਾਫਿਜ਼ ਇੱਕ ਦਫ਼ਾ ਮਤ ਪੜ੍ਹੋ ਯਾ ਹਾਫਿਜ਼ੋ। ਤ੍ਰੈ ਦਫ਼ਾ ਮੇਰੀ ਸਹਿਣ ਪੜ੍ਹੇ ਅਤੇ ਕੋਈ ਵਕਤ ਅਤੇ ਵੇਲਾ ਜੋ ਯਾਦ ਆਇਆ ਸੀ ਨਾ, ਬੀਬੀ ਦੇ ਹੱਥੋਂ ਕਿਬਲਾ ਛੜੀ ਚੋਬ ਸੜੀ ਹੋਈ ਹੈ ਪਈਏ, ਦੋ ਜਾਨੂ ਹੋ ਕੇ ਇੰਝ ਮਿੱਟੀ 'ਤੇ ਬੈਠੀਏ ਜਿਵੇਂ ਨਮਾਜ਼ੀ ਤਸ਼ਾਹੁਦ ਵਿੱਚ ਬਾਂਧਦਾ ਹੈ। ਇੱਕ ਵੈਣ ਕੀਤਾ ਇਸੀ ਫੁਰਾਤ ਵਾਲੇ ਪਾਸੇ ਮੂੰਹ ਕਰਕੇ, ਇੱਕ ਵੈਣ ਕੀਤਾ ਇਸੀ ਨਜਫ ਦਾ ਮੂੰਹ ਕਰਕੇ। ਉੱਚੇ ਰੋਣੀਏ ਧੀ ਅਰੀ ਦੀ ਅਕਲ ਮਾਰ ਕਿਆ ਦੇ ਲਾਲੀ ਹੋ ਸ਼ਹੀਦਾਂ ਦੀਆਂ ਲਾਸ਼ਾਂ ਤੜਫਣ ਲੱਗ ਗਈਆਂ। ਅਕਲ ਮਾਰ ਕੇ ਦੇ ਵਾਲੀ ਬੱਤਰੀ ਸਾਲ ਜਿਹਦੇ ਕਦਮਾਂ ਤੋਂ ਦੇਖਦਾ ਰਹੀਆਂ ਆ ਦੇਖ ਮੇਰੀ ਚਾਦਰ ਲੈ ਓ ਮੈਂ ਪਿਉ ਦੇ ਸਾਹਮਣੇ ਬਣ ਕੇ ਸ਼ਰਮਾ ਦੀਆਂ ਓ ਮੈਂ ਨਾਨੇ ਦੇ ਰੋਜ਼ੇ ਤੇ ਅਧਰਾ ਮਿੰਬਰ ਦੀ ਕਸਮੇ ਤੋਂ ਛੋਟੇ ਛੋਟੇ ਅੱਧ ਸੈਣ ਦੇ ਕਦਮਾਂ ਤੇ ਆਵਾਜ਼ਾਂ ਦੇ ਮਾਰ ਦੇ ਡੁੱਠੇ ਪਾਸੇ ਦਾ ਵਾਸਤਾ ਹੀ ਨੌਕਰ ਨੂੰ ਫਿਰਾ ਨਾ ਦੇਵੇ ਆਵਾਜ਼ਾਂ ਦੇ ਕੌਣ ਮੈਂ ਕੋ ਰੋਕਣ ਵਾਲੀ ਰੋਕਿਆ ਦੇ ਮੈਂ ਰਾਜ਼ੀ ਦੀ ਧੀਆ ਤੂੰ ਕਿਲੇ ਦੇ ਦੀਏ ਬਿਸਮਿਲਲਾ ਕਹਿਗਾ ਵਿੱਚ ਨਾ ਰੋ ਸੈਯਦ ਦੀ ਦੁਆ ਨੇ ਸੁਣ ਸੋ ਅਗਲਾ ਵੈਣ ਬਹੁ ਔਖ ਹੈ ਸ਼ਾਇਦ ਕੋਈ ਅਜ਼ਾਦਾ ਰਹਿ ਬਣੇ ਜਿਹਦੇ ਮੂੰਹ ਚੋਂ ਹੈ ਨਾ ਨਿਕਲੇ ਏਡਾ ਲੁੱਖਾ ਵੈਣ ਹੁਣ ਫੁਰਾਤ ਵਾਲੇ ਪਾਸੇ ਕੰਢ ਚੱਕੀ ਦਿਸ ਨਜਮ ਤੋਂ ਮੂੰਹ ਫਿਰ ਗਿਆ ਵੈਸੇ ਧੀਆਂ ਦੀ ਫਿਤਰਤ ਔਖੇ ਵੇਲੇ ਦੁਖੀ ਧੀ ਨੂੰ ਪੇਕੇ ਯਾਦ ਆਉਣ ਇਹ ਗੱਲ ਨਜਬ ਦਾ ਮੂੰਹ ਕਰਕੇ ਦੇ ਨਜਬ ਦਾ ਵਾਲੀ ਬਾਬਾ ਸਾਰਾ ਦੀ ਪੁੱਤਰਾਂ ਦੀ ਜੰਗ ਦੇਹਦਾਰੀ ਹੈ ਧੀ ਦਾ ਪਹਰਾਇਆ
ਜੇ ਕੋਈ ਸ਼ਰਮ ਆਵੇ ਹੈ ਨਾ ਕਰੇ ਹੌਸਲਾ ਮਾਤਮੀ ਹੌਸਲਾ ਮਾਤਮੀ ਹੌਸਲਾ ਹੌਸਲਾ ਸਰ ਤੇ ਮਾਤਮ ਕਰਨ ਵਾਲੇ ਅੱਲਾ ਤੁਹਾਨੂੰ ਕਹਿ ਲਾ ਮਿਝ ਨਾ ਰੋ ਆਵੇ ਮੈਂ ਸਈਅਦ ਦੀ ਦੁਆ ਹੈ ਹੌਸਲੇ ਨਾਲ ਤੈ ਜਾਂ ਚਾਰ ਮਿੰਟ ਸਾਰੇ ਮੈਨੂੰ ਹਾਂ ਨਾ ਹੀ ਜਵਾਬ ਦਿਓ ਤੁਹਾਡੇ ਔਰ ਮੇਰੇ ਅਕੀਦੇ ਦੇ ਮੁਤਾਬਿਕ ਜਿਹੜਾ ਐਡੀ ਹਜ਼ਾਰਾਂ ਮੀਲਾਂ ਤੋਂ ਆਪਣੇ ਮੰਨਣ ਵਾਲਾਂ ਦਾ ਆਲਾਜ ਸੁਣ ਗਿੰਦਾ ਜ਼ਵਾਰ ਬੈਠੇ ਹੋ ਬਹੂ ਤੂੰ 40 ਮੀਲ ਤੋਂ ਥੀ ਦਾ ਆਲਾ ਨਹੀਂ ਸੁਣਾ ਉਹ ਏਸ਼ੀਆ ਤੇ ਹੈ ਨਾ ਕਰੇ ਯਾਰ ਨਜਫ ਤੇ ਕਰ ਬਲਾ 40-45 ਮੀਲ ਹੈ ਨਾ ਇਹੋ ਕੁਛ ਸਫ਼ਰ ਕੋ ਨਹੀਂ ਸੁਣਾ ਅਲੀ ਨਹੀਂ ਸੁਣਾ ਬੋਲੋ ਮਿੰਬਰ ਦੀ ਕਸਮ ਸੁਣੇ ਜਿਹੜੇ ਨਜਫ ਦੇ ਜ਼ਵਾਰ ਬੈਠੋ ਮੇਰੀ ਗਵਾਹੀ ਦੇਵੇ ਅਲੀ ਦੇ ਸੱਜੇ ਪਾਸੇ ਆਦਮ ਦੀ ਕਬਰ ਹੈ ਅਲੀ ਦੇ ਖੱਬੇ ਪਾਸੇ ਯਾ ਇਮਾਮ ਜ਼ਮਾਨਾ ਮੈਂ ਕੋ ਤਾਕਤ ਦੇਵੇਂ ਮੈਂ ਡੋਖਾ ਵੈਣ ਨਾ ਬਜ਼ੁਰਗਾਂ ਭਾਈਆਂ ਅਜ਼ੀਜ਼ਾਂ ਨੂੰ ਸੁਣਵਾ ਸੱਜੇ ਪਾਸੋਂ ਆਦਮ ਦੀ ਕਬਰ ਖੱਬੇ ਪਾਸੋਂ ਨੂਹ ਨਜੀ ਉੱਲਾ ਦੀ ਕਬਰ ਧੀ ਦੀ ਹਬਰ ਸੁਣ ਕੇ ਅਲੀ ਵੈਣ ਕਰੇ ਦਾ ਹੋਇਆ ਮਿੰਬਰ ਦੇ ਕਸਮ ਮਜ਼ਾਰੇ ਪਾਕ ਚੋਂ ਨਿਕਲੇ ਸੱਜੇ ਪਾਸੋਂ ਆਦਮ ਦਾ ਮਨ ਪੈ ਖੱਬੇ ਪਾਸੋਂ ਨੂਹ ਦਾ ਮਨ ਪੈ ਆਵਾਜ਼ਾਂ ਦੇ ਆਏ ਨੀ ਵੈਣ ਕਰੇ ਦਾ ਹੋਇਆ ਕਿਨ ਵੈਂ ਦਾ ਬੇ ਸ਼ਯਦ ਦੇ ਆਦਮ ਦਾ ਮਨ ਛੋੜ ਨੂਹ ਮੇਰਾ ਦਾਮਨ ਛੋੜ ਹੁਣ ਤਾਈ ਮੇਰੇ ਪੁੱਤਰ ਮਰੀ ਦੇ ਰਹਿਣ ਮੈਂ ਸਬਰ ਕੀਤੇ ਹੁਣ ਮੇਰੀ ਵੈਰਤ ਦਾ ਸਵਾਲ ਹੈ ਉਹ ਮੇਰੀ ਮਰੀਅਮ ਦੀ ਕਹਰੇ ਵਜੀ ਦੇ ਦੀਏ ਸਾਰੇ ਆਖੋ ਹੈ ਜ਼ੈਨਬ ਇੱਕ ਵੈਣ ਵੀ ਆਪਣਾ ਚਾ ਸਾਰਿਆਂ ਦੀ ਇਜਾਜ਼ਤ ਹੋਵੇ ਮੇਰੇ ਹਿੱਸੇ ਦੀ ਮੁਕਾਨ ਹੋ ਗਈ ਸਾਰਿਆਂ ਦੀ ਇਜਾਜ਼ਤ ਹੋਵੇ ਬਿਸਮਿਲਲਾ ਤੁਹਾਡੇ ਬੱਚੇ ਬਿਸਮਿਲਲਾ ਮੈਂ ਲਗ ਦਫਾ ਆਵਾਜ਼ਾਂ ਦੇ ਆਦਮ ਦਾਮਨ ਛੋੜ ਨੂੰ ਮੇਰਾ ਦਾਮਨ ਛੋੜ ਹੁਣ ਤੇ ਮੇਰੇ ਪੁੱਤਰ ਮਰੀ ਮੈਂ ਸਬਰ ਕੀਤਾ ਹੁਣ ਮੇਰੀ ਵੈਰਤ ਦਾ ਸਵਾਲ ਹੈ ਉਹ ਮੇਰੀ ਮਰੀਅਮ ਦੀ ਪਾਰੇ ਵਧੀ ਸੁਣਸੋ ਫਿਜ਼ਾ ਦੌੜ ਕੇ ਆਈ ਵੱਧ ਕੋਈ ਲੁੱਟਣਾ ਦਾ ਪਿਆ ਬੀਬੀਆਂ ਦੇ ਵੰਨ ਲੋਕ ਔਖੇ ਜੁਮਲੇ ਦਾਖਲ ਹੋ ਗਈਆਂ 2-3 ਮਿੰਟ ਮੇਰੇ ਲਿਖਾਏ ਔਖੇ ਵੈਣ ਵੰਨ ਲੋਕ ਉਹਨੂੰ ਆ ਕੇ ਅਸਾਂ ਲੁੱਟੇ ਗਏ ਕੋਈ ਸ਼ੈ ਨਹੀਂ ਰਹਿ ਗਏ ਗੁਰਬਤ ਤੂੰ ਸਦਕੇ ਤੀਵਾਂ ਮਿੰਬਰ ਦੀ ਕਸਮ ਫਿਜ਼ਾ ਗਈ ਵੱਲ ਲਈ ਆਵਾਜ਼ਾਂ ਦੇ ਸੈਣ ਉਹ ਨਹੀਂ ਰੁਕਦਾ ਬੀਬੀਆਂ ਦੇ ਨਹੀਂ ਰੁਕਦਾ ਨਹੀਂ ਰੁਕਦਾ ਮੈਂ ਕੋਈ ਐਡਾ ਗਰੀਬ ਸਮਝਾ ਨਹੀਂ ਮੈਂ ਆਪ ਰੁਕੇਂਦੀ ਹਾਂ 4 ਕਦਮ ਘੋੜੇ ਸਵਾਰ ਦੂਰ ਆਈ ਇੱਥੇ ਮੇਰੀ ਸੈਣਾ ਖੜੀ ਪਹਿਲੀ ਅਕਲ ਮਾਰ ਕੇ ਦੇ ਘੋੜੇ ਸਵਾਰ ਮੈਂ ਔਖੇ ਯਤੀਮ ਸੁਮੈ ਦਿਲ ਆਖੇ ਤਾਂ ਹੈ ਕਰਨੀ ਮੇਰੇ ਕੋਲ ਪੁੱਛੋ ਆਵਾ ਸਾਹਿਬ ਰੁਕ ਗਏ ਨਹੀਂ 3 ਕਦਮ ਰਹਿ ਗਏ ਵੱਟ ਅਕਲ ਮਾਰ ਕੇ ਦੇ ਘੋੜੇ ਸਵਾਰ ਅਸਾਂ ਸ਼ਾਮ ਦੇ ਲੁੱਟੀ ਗਏ ਰੁਕਿਆ ਨਹੀਂ ਰੁਕਾ 2 ਕਦਮ ਰਹਿ ਗਏ ਬੀਬੀ ਨੂੰ ਜਲਾਲ ਆਏ ਹਕਲ ਮਾਰ ਕੇ ਦੇ ਘੋੜ ਸਵਾਰ ਆਮ ਮਸਤੂਰ ਨਾ ਸਮਝ ਮੈਂ ਗਾਜ਼ੀ ਦੀ ਭੈਣ ਅੱਲਾਹਮਾਨ ਅੱਲਾਹਮਾਨ ਸੁਬਹਾਨ ਅੱਲਾਹ ਸੁਬਹਾਨ ਭੈਣ ਬਰਦਾਸ਼ ਕਰਿਆ ਹੈ ਰੋਕਿਆ ਮੈਡੋ ਲਿਖਾ ਲਿਖਾ ਮੈਡੋ ਬੇਸ਼ੱਕ ਰੋਆ ਲਿਖਾ ਮੈਡੋ ਇੰਝ ਬੀਬੀ ਨੇ ਸੱਜੇ ਹੱਥ ਦੀ ਆਸਤੀ ਬਟਨ ਆਖਾਂ ਚਾ ਜਾਂ ਤਣੀ ਆਖਾਂ ਖੋਲੀਏ ਇੰਝ ਮੇਰੀ ਸੈਣ ਪਰਦਾ ਬਣਾਏ ਤੇਰੀ ਉਰਬਤ ਤੋਂ ਸਦਕੇ ਤੀ ਮਾਂ ਖੱਬੇ ਹੱਥ ਨਾਲ ਘੋੜੇ ਦੀ ਲਗਾਮ ਨੱਪੀਏ ਲਗਾਮ ਨੂੰ
ਪੁੱਛ ਕੀ ਦੇ ਕੇ ਦੇ ਦਾ ਗਰੀਬ ਜੋ ਸਮਝਾਈ ਮੈਰੀ ਆਖਰੀ ਦੋ ਵੈਣ ਅੱਲਾ ਵਾਸਤੇ ਨਾਰਾਜ਼ ਨਾ ਹੋਣਾ ਨਾਰਾਜ਼ ਨਾ ਹੋਣਾ ਵਿੱਚੋਂ ਜੁਮਲਾ ਹੀ ਛੋੜ ਲਿੱਤਮ ਅੜੀ ਘੋੜੇ ਤੋਂ ਲੱਥੇ ਉੱਚੀ ਜਗ੍ਹਾ ਤੇ ਆ ਬੈਠੇ ਪਹਿਲੇ ਪਹਿਲੇ ਹੀ ਅਧੀ ਮਿਲੀ ਸਯਦ ਜ਼ੈਨਬੋ ਤੇਰੀ ਜੋੜੀ ਦਰਮਾਨ ਹੁਣ ਪਿੰਨਾ ਵੀ ਹੈ ਤੇ ਦੁਆ ਹੀ ਮੰਗਣੀ ਹਾਂ ਜੇ ਲੋੜੇ ਤਾਂ ਦੁਆ ਮੰਗਣੀ ਇਮਾਮ ਸਾਦਿਕ ਦਾ ਦੱਸਿਆ ਹੋਇਆ ਮੇਰੇ ਜਿਹੜੇ ਮੇਰੇ ਡਾਡੇ ਦੇ ਗਮ ਵਿੱਚ ਹਾਂਜੀ ਪਈ ਆਉਂਦੀ ਹੋਵੇ ਰਹੂੰ ਉਹਦੇ ਦੁਆ ਮੰਗੀ ਕਰ ਪੁਰਸ਼ੋ ਮਿਲੀ ਤੇਰੇ ਭੈਰਾਵਾਂ ਦਾਰ ਮਾਨ ਰੁਕਈਆ ਮਿਲੀ ਤੇਰੇ ਵਾਰਸ ਦਾਰ ਮਾਨ ਤੇਰੇ ਪੁੱਤਰਾਂ ਦਾਰ ਮਾਨ ਆਖਾਂ ਜੁਮਲਾ ਸੋਹਣੇ ਪੁੱਤਰ ਦੀ ਮਾਂ ਮਿਲੀ ਆਵਾਜ਼ਾਂ ਦੇ ਲੈ ਲੋ ਤੇਰੇ ਅਕਬਰ ਦਾਰ ਮਾਨ ਯਤੀਮ ਦੀ ਮਾਂ ਮਿਲੀ ਸਦਕੇ ਦੀ ਮਾਂ ਤੇਰੇ ਕਾਸਮ ਦਾ ਅਰਮਾਨ ਮੇਰਾ ਇਮਾਮ ਅਦੇ ਜ਼ੈਨਬ ਰਬਾਬ ਕਿੱਥੇ ਦੂਰੋਂ ਮੇਰੀ ਸੈਨ ਰਬਾਬ ਉੱਠੀ ਕਹਿੰਦੇ ਝੋਲੀ ਬਣਾਈਂਦੀ ਹੈ ਵਰਛਣ ਕਹਿੰਦੀ ਹੈ ਹਕਲ ਮਾਰ ਜੇ ਦੇ ਆਈ ਮੇਰਾ ਤਾਂ ਬੋਲੀ ਵੀ ਨਹੀਂ ਬੋਲ ਤੇਰੇ ਅਸਗਰ ਦਾ ਅਰਮਾਨ ਔਖੇ ਮੋੜ ਤੇ ਆ ਗਈਆਂ ਸ਼ਾਇਦ ਉਮਤੀ ਸਾਰੇ ਮਨ ਮਾਫ ਕਰਿਆ ਨਾਜ਼ਰਾ ਯਮੀਨਨ ਵ ਸ਼ਿਮਾਲਾ ਅਲੀ ਸੱਜੇ ਖੱਬੇ ਡਿੱਠੇ ਬੀਬੀ ਜ਼ੈਨਬ ਆਦੇ ਬਾਬਾ ਇਹ ਧੀਆਂ ਇਹ ਨੋਹਾਂ ਬਿਸਮਿਲਾ ਇਹ ਲੋਤਰੀਆਂ ਇਹ ਪੋਤਰੀਆਂ ਕਿਵੇਂ ਪੜ੍ਹਾਂ ਕਿਵੇਂ ਲੁਕਾਵਾਂ ਆਵਾਜ਼ਾਂ ਦੇ ਜ਼ੈਨਬ ਹਰ ਕੋਈ ਮਿਲੇ ਮੇਰੀ ਸ਼ਕੀ ਜਿਹਦੀ ਸ਼ਹਾਦਤ ਦੀ ਰਾਤ ਹੈ ਬਿਸਮਿਲ੍ਲਾ ਇਹ ਕੋਈ ਫਨ ਹੈ ਯਾਰ ਇਹ ਤਾਂ ਗਮ ਹੈ ਇਹ ਤਾਂ ਫਨ ਹੁੰਦਾ ਤਾਂ ਕਦਾਂ ਦਾ ਮੁੱਕ ਗਿਆ ਹੋ ਗਿਆ ਇਹ ਤਾਂ ਗਮ ਹਰ ਵੇਲੇ ਤਾਜ਼ਾ ਕਿਹੜਾ ਮਜ਼ਮੂਨ ਹੈ ਜਿਹੜਾ ਤਾਂ ਸੈਕਿੰਡਾਂ ਦਾ ਫਨ ਨਹੀਂ ਸੁਣਿਆ ਅੱਲਾਹ ਅਕਬਰ ਸੁਣ ਸੋ ਮਿੰਬਰ ਪਾਕ ਦੀ ਕਸਮ ਬੀਬੀ ਜ਼ੈਨਬ ਦੇ ਬਾਬਾ ਔਰੋਂ ਨਹੀਂ ਬੈਠੀ ਇਕੱਲੀ ਕਿਬਲਾ ਅਲੀ ਜੈਸਾ ਬਾਦਸ਼ਾਹ ਓ ਸੈਦ ਓ ਗੈਰ ਸੈਦ ਅਲੀ ਜੈਸਾ ਬਾਦਸ਼ਾਹ ਉੱਠੇ ਸਾਰੀਆਂ ਧੀਆਂ ਨੂੰ ਨਾਲ ਸਾਢੇ ਤ੍ਰੈ ਸਾਲ ਦੀ ਧੀ ਨੂੰ ਚਾਇਆ ਔਖਾ ਮੋੜੇ ਆ ਨਾ ਲਾਇਆ ਉੱਚੀ ਜਗ੍ਹਾ ਤੇ ਆ ਬੈਠੇ ਹਕਲ ਮਾਰ ਜਦ ਸਕੀਨਾ ਜੀ ਮੋਮਨਾ ਗਾਮੀ ਜੇ ਕੋਈ ਸਮਝ ਆ ਸੀ ਰੋਣਾ ਸੀ ਆਵਾਜ਼ਾਂ ਦੇ ਸਕੀਨਾ ਆਦਿ ਜੀ ਜ਼ੈਨਬ ਕੁਲਸੂਮ ਦਾ ਬਾਬਾ ਅਲੀ ਦੀਆਂ ਬਾਦਸ਼ਾਹ ਦੀ ਥਾਂ ਨਿਕਲੀਏ ਆਵਾਜ਼ਾਂ ਦੇ ਸਕੀਨਾ ਕਿਹੋ ਜਿਹੀਆਂ ਓਪਰੀਆਂ ਗੱਲਾਂ ਕਰੇਂਦੀ ਮਾਇਆ ਦਾ ਸ਼ਕੀਨਾ ਆਦੀ ਮੋਮਨਾ ਦਾ ਅਮੀਰ ਮਾਇਆ ਦਾ ਸ਼ਕੀਨਾ ਆਦੀ ਜ਼ੈਨਬ ਕੁਲਸੂਮ ਦਾ ਬਾਬਾ ਰੋ ਕੇ ਲਿਆ ਦੇ ਤੇਰਾ ਕੁਝ ਨਾ ਲੱਗਦਾ ਦੋ ਕਦਮ ਪਿੱਛਾਂ ਤੇ ਹਟ ਗਈਏ ਨਿੱਕੇ ਨਿੱਕੇ ਜ਼ਖਮੀ ਹੱਥ ਬਣ ਕੇ ਆਦੇ ਮੋਮਨਾ ਦਾ ਅਮੀਰ ਦੋ ਗੱਲਾਂ ਦਾ ਯਕੀਨ ਹੋ ਗਿਆ ਜ਼ੈਨਬ ਅਮੀਰ ਪਿਉ ਦੀ ਧੀ ਹੈ ਮੈਂ ਗਰੀਬ ਪਿਉ ਦੀ ਧੀ ਸਕੀ ਧੀਆ ਵੀ ਇੱਕ ਚੱਕਰ ਵੱਲੀਏ ਨਾ ਜਬ ਛੋੜ ਕੇ ਕਰ ਬਣਾ ਗਿਆ ਸ਼ਿਮਰ ਮਰੇ ਬਾਬੇ ਦੇ ਸੀਨੇ ਤੇ ਬੈਠਾ ਖੰਜਰ ਮਰੇ ਲਾ ਮੈਂ ਨਾ ਜਬ ਦਾ ਮੂੰਹ ਕਰਕੇ ਜਿਮ ਅੱਛਾ ਮੈਂ ਪੜ੍ਹ ਲੈਂਦਾ ਔਖਾ ਵਹਿਣ ਆਈ
ਨਾ ਪੜ੍ਹ ਇੱਕ ਮਿੰਟ ਠਹਿਰੋ, ਸਾਰਿਆਂ ਦਾ ਆਧਾਰ ਦੱਸੋ, ਅਲੀ ਅਤੇ ਬੀਬੀ ਸਕੀਨਾ ਦਾ ਕੋਈ ਛੇੜਾ ਹੈ? ਉਜੀਤੀਆਂ ਗੱਲਾਂ ਹੈ, ਉਜੀਤੀਆਂ ਮੇਰੇ ਲਿਖਾ ਅੱਲਾ ਵਾਸਤੇ ਲਿਖਾ ਹੈ। ਇਹ ਇੰਝ ਦੋਵੇਂ ਹੱਥ ਹੈਦਰ ਕਰਾਰ ਵਧੈਨ, ਗੁਰਬਤ ਸੁਣੀ ਸਕੀਨਾ ਲੁੱਟਾਂ ਤਾਂ ਮੈਂ ਹੀ, ਉਦੋਂ ਤਾਂ ਮੇਰੇ ਮਾਰੇ ਗਏ। ਜੇ ਕੋਈ ਸਮਝ ਆਵੇ ਉਹ ਰੋਵੇ, ਧੀਆਂ ਤਾਂ ਮੇਰੀਆਂ ਨੋਹਾਂ ਅਤੇ ਧੀਆਂ ਬੇਵਾ ਹੋ ਗਈਆਂ। ਸਕੀਨਾ ਆ ਮੈਂ ਕੋ ਮਿਲ, ਆ ਮੈਂ ਕੋ ਮਿਲ। ਬਜ਼ੁਰਗਾਂ ਰਮਾਇਣ ਪੜ੍ਹਨਾ ਚਾਹ, ਬੀਬੀ ਸਕੀਨਾ ਦੀ ਢਾਹ ਨਿਕਲੀਏ, ਹਕਲ ਮਾਰ ਕੇ ਆਵੀਏ, ਜ਼ੈਨਬ ਪੁਰਸੋ ਮੋ ਕੋ ਮਿਲ ਜਾ ਜਾ, ਜੈਦੀ ਹਕਲ ਤੇ ਗਿਆ ਜਵਾਨ ਹੌਸਲਾ। ਇੱਕ ਬਹਿਣ ਹੋਰ ਮਨ ਕਰਨ ਦਿਓ, ਨਾਰਾਜ਼ ਨਾ ਹੋਵੇ। ਅਲਹਮਦੁਲਿਲਾ ਅਲਹਮਦੁਲਿਲਾ, ਕੋਈ ਜਿਹੜਾ ਤਾਂ ਨਹੀਂ, ਕੋਈ ਜਿਹੜਾ ਹੈ। ਮਿੰਬਰ ਦੀ ਕਸਮ ਹੈ ਉਹ ਸੈਯਦ ਗੈਰ ਸੈਯਦ, ਡਾਡਾ ਡਾਡਾ ਕਰਕੇ ਗੱਲਾਂ ਲੱਗੀ, ਡਾਡਾ ਸਾਂ ਉਜੜ ਗਏ ਹੈ, ਡਾਡਾ ਸਾਂ ਉਜੜ ਗਏ। ਮਿੰਬਰ ਗਵਾਏ ਡਰਦਾ ਖਣਾ, ਵਹਿਣ ਬੜਾ ਦੁੱਖ ਹੈ, ਡਾਡਾ ਸਾਂ। ਅੱਛਾ, ਘਰ ਦੇ ਬਜ਼ੁਰਗ ਨੂੰ ਬੱਚੇ ਦੁੱਖ ਦੱਸਦੇ, ਡਾਡਾ ਸਾਂ ਉਜੜ ਗਏ। ਨਹੀਂ ਸਕੀਨਾ, ਨਹੀਂ ਸਕੀਨਾ, ਜੇ ਆ ਗਈ ਤਾਂ ਜਿਹੜੀ ਗੱਲ ਮੈਂ ਪੁੱਛਾਂ ਉਹ ਦੱਸਾ। ਡਾਡਾ ਹੁਕਮ ਕਰੋ, ਆਵਾਜ਼ਾਂ ਦੇ ਅੱਜ ਸੁਬਹ ਤੂੰ ਹਿਲ ਕੇ ਹੁਣ ਗਈ, ਜਿਹੜਾ ਸਾਰਾ ਤੂੰ ਵੱਡਾ ਦੁੱਖ ਦਿੱਤਾ ਉਹ ਡਾਡੇ ਕੋ ਦੱਸਾ। ਡਾਡਾ ਨਾ ਬਰਦਾਸ਼ਤ ਕਰੇ ਸੇ, ਨਹੀਂ ਨਹੀਂ ਦੱਸਾਂ ਮੈਂ ਕੋ ਮਿੰਬਰ ਦੀ ਕਸਮ ਹੈ, ਮਾਸੂਮਾਂ ਦੀ ਢਾਹ ਨਿਕਲੀਏ, ਹਕਲ ਮਾਰ ਕੇ ਆਵੀਏ, ਆਈਲੀ ਅਕਬਰ ਦੀ ਜਾਗੀਰ ਚ ਡਾਡਾ ਮੈਂ ਕੋ ਸਿਮਰ ਤਮਾ ਹੈ ਹੁਸੈਨ ਸਾਰੇ ਅਲੀ ਅਕਬਰ ਦੀ।